ਦੇਖੋ ਜੀ ਕੁਲਫੀਆਂ ਕਿੰਨੀਆਂ ਨਰਮ ਬਣ ਕੇ ਤਿਆਰ ਹੋਈਆਂ, ਮੈਂ ਤੁਹਾਨੂੰ ਤੋੜ ਕੇ ਦਿਖਾਉਂਦੀ ਹਾਂ। ਦੇਖੋ ਜਿਵੇਂ ਆਪਾਂ ਬਾਜ਼ਾਰ 'ਚੋਂ ਲੈ ਕੇ ਆਉਂਦੇ ਬਿਲਕੁਲ ਉਸ ਤਰੀਕੇ ਨਾਲ ਬਣੀਆਂ, ਆਏ ਨਹੀਂ ਵੀ ਬਰਫ਼ ਦੀ ਤਰ੍ਹਾਂ ਬਾਹਲੀਆਂ ਹਾਰਡ ਬਣ ਗਈਆਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਕੱਚੇ ਅੰਬ ਵਾਲੀਆਂ ਕੁਲਫੀਆਂ ਬਣਾਵਾਂਗੇ ਅਤੇ ਕੁਲਫੀਆਂ ਦਾ ਜਿਹੜਾ ਟੇਸਟ ਹੈ ਨਾ ਬਹੁਤ ਵਧੀਆ ਆਉਂਦਾ, ਔਰ ਆਪਾਂ ਬਿਨਾਂ ਅੰਬ ਤੋਂ ਜਿਹੜਾ ਇਹ ਕੁਲਫੀਆਂ ਬਣਾਵਾਂਗੇ। ਅਤੇ ਚਲੋ ਜੀ ਫਿਰ ਰੈਸਪੀ ਬਣਾਉਣੀ ਤਾਂ ਆਪਾਂ ਸਟਾਰਟ ਕਰਦੇ ਹਾਂ। ਬਿਲਕੁਲ ਛੋਟੀ ਜੀ ਵੀਡੀਓ, ਵੀਡੀਓ ਨੂੰ ਪੂਰਾ ਦੇਖੋ, ਸਕਿਪ ਨਾ ਕਰਿਓ। ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ, ਸ਼ੇਅਰ ਜ਼ਰੂਰ ਕਰਿਓ ਅਤੇ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੇਕਰ ਪਹਿਲੀ ਵਾਰ ਸਾਡੀ ਵੀਡੀਓ ਦੇਖ ਰਹੇ ਹੋ। ਜੀ ਆਪਣੇ ਕੋਲ ਕੱਚਾ ਅੰਬ ਟੋਟੀਆਂ, ਕੱਚੇ ਅੰਬ ਦੀਆਂ ਹੁੰਦੀਆਂ ਨੇ ਇਹ, ਅਤੇ ਇਹਨਾਂ ਦਾ ਫਲੇਵਰ ਬਹੁਤ ਵਧੀਆ ਆਊਗਾ ਜਿਹੜੀ ਆਪਾਂ ਕੁਲਫੀ ਬਣਾਵਾਂਗੇ। ਅਤੇ ਇਹ ਨਾ ਇੱਕ ਪੈਕਟ ਦੇ ਵਿੱਚ ਤੁਹਾਨੂੰ 100 ਟੌਫੀਆਂ ਮਿਲ ਜਾਣਗੀਆਂ, 50 ਰੁਪਏ ਦਾ ਪੈਕਟ ਆਜੂਗਾ। ਅਤੇ ਬਾਕੀ ਆਪਾਂ 20-25 ਟੌਫੀਆਂ ਵੀ ਵਰਤ ਸਕਦੇ ਹਾਂ, 4 ਕੁ ਕੁਲਫੀਆਂ ਆਸਾਨੀ ਨਾਲ ਬਣ ਜਾਣਗੀਆਂ ਸਾਰੀਆਂ ਟੌਫੀਆਂ ਨੇ ਜਿਹੜਾ ਪਹਿਲਾਂ ਆਪਾਂ ਖੋਲ੍ਹ ਲਾਂਗੇ ਜਿੰਨੀਆਂ ਕੁ ਵਰਤਣੀਆਂ। ਅਤੇ ਲਓ ਜੀ ਸਾਰੀਆਂ ਟੌਫੀਆਂ ਆਪਣੀਆਂ ਹੋ ਗਈਆਂ ਤਿਆਰ। ਇਹਦੇ ਜੀ ਮੇਰੇ ਕੋਲ ਇੱਕ ਖਾਲੀ ਲਿਫਾਫਾ, ਤੁਸੀਂ ਨਾ ਮਿਕਸੀ 'ਚ ਵੀ ਇਹਨੂੰ ਮਿਕਸ ਕਰ ਸਕਦੇ ਹੋ, ਪਰ ਆਪਾਂ ਜ਼ਿਆਦਾ ਇਹਦਾ ਪਾਊਡਰ ਨਹੀਂ ਬਣਾਉਣਾ ਅਤੇ ਆਸਾਨੀ ਨਾਲ ਜਿਹੜਾ ਆਪਾਂ ਇਹਨਾਂ ਨੂੰ ਮਿਕਸ ਕਰ ਲਾਂਗੇ। ਲਿਫਾਫੇ ਦੇ ਵਿੱਚ ਪਾ ਕੇ ਇਸ ਤਰੀਕੇ ਨਾਲ ਕਿਸੇ ਵੀ ਭਾਰੀ ਚੀਜ਼ ਦੀ ਮਦਦ ਨਾਲ ਜਾਂ ਵੇਲਣੇ ਦੀ ਮਦਦ ਨਾਲ ਆਪਾਂ ਇਹਨਾਂ ਦਾ ਦਰਦਰਾ ਜਿਹਾ ਪਾਊਡਰ ਬਣਾ ਲਾਂਗੇ, ਇਹਨਾਂ ਨੂੰ ਕੁੱਟ ਦਾਂਗੇ ਹਲਕਾ ਹਲਕਾ। ਅਤੇ ਟੌਫੀਆਂ ਦਾ ਪਾਊਡਰ ਬਣਾ ਕੇ ਜੀ ਆਪਾਂ ਇਸ ਤਰੀਕੇ ਦਾ ਤਿਆਰ ਕਰ ਲਿਆ, ਜ਼ਿਆਦਾ ਬਰੀਕ ਨਹੀਂ ਤਿਆਰ ਕਰਨਾ ਅਤੇ ਹਲਕੇ ਹਲਕੇ ਟੁਕੜੇ ਵੀ ਇਹਦੇ ਵਿੱਚ ਆਪਣੇ ਆਪ ਜਿਹੜਾ ਪਾਣੀ ਦੇ ਵਿੱਚ ਮੈਲਟ ਹੋ ਜੂ। ਅਤੇ ਜੇ ਤੁਹਾਨੂੰ ਮਿਕਸੀ ਦੇ ਵਿੱਚ ਸੌਖਾ ਲੱਗਿਆ ਨਾ, ਤੁਸੀਂ ਮਿਕਸੀ ਦੇ ਵਿੱਚ ਇਹਨੂੰ ਬਰੀਕ ਕਰ ਸਕਦੇ ਹੋ। ਚੁੱਲ੍ਹੇ 'ਤੇ ਰੱਖ ਲਈ ਜੀ ਆਪਾਂ ਭਾਰੀ ਤਲੇ ਦੀ ਕੜਾਹੀ, ਅਤੇ ਹੁਣ ਇਹਦੇ ਵਿੱਚ ਨਾ ਲੀਟਰ ਪਾਣੀ ਪਾਵਾਂਗੇ ਆਪਾਂ। 20-25 ਟੌਫੀਆਂ ਦੇ ਵਿੱਚ ਨਾ ਲੀਟਰ ਕੁ ਪਾਣੀ ਕਾਫੀ ਹੈਗਾ। ਅਤੇ ਪਾਣੀ ਨੂੰ ਨਾ ਹਲਕਾ ਜਿਹਾ ਆਪਾਂ ਗਰਮ ਹੋਣ ਦੇਵਾਂਗੇ। ਅਤੇ ਪਾਣੀ ਹੋ ਗਿਆ ਜੀ ਗਰਮ, ਹੁਣ ਪਾਣੀ ਦੇ ਵਿੱਚ ਆਪਾਂ ਖੰਡ ਪਾਵਾਂਗੇ, ਕਿਉਂਕਿ ਇੰਨੇ ਪਾਣੀ ਦੇ ਵਿੱਚ ਜੇ ਆਪਾਂ ਟੌਫੀਆਂ ਐਡ ਕਰਾਂਗੇ ਨਾ ਤਾਂ ਫਿਰ ਉਹਦੇ ਨਾਲ ਜਿਹੜਾ ਮਿੱਠਾ ਘੱਟ ਜੂਗਾ, ਅਤੇ ਜਿੰਨਾ ਚਿਰ ਮਿੱਠਾ ਨਾ ਹੋਵੇ ਟੌਫੀਆਂ ਦੇ ਵਿੱਚ ਆਈਸਕ੍ਰੀਮ ਦੇ ਵਿੱਚ, ਉਹਨਾਂ ਚਿਰ ਫਿਰ ਉਹ ਸਵਾਦ ਨਹੀਂ ਲੱਗਦੀਆਂ। ਅਤੇ ਜ਼ਿਆਦਾ ਟਾਈਮ ਵੀ ਨਹੀਂ ਲੱਗਣਾ, ਕਿਉਂਕਿ ਜਿਹੜੀਆਂ ਆਪਾਂ ਕੁਲਫੀਆਂ ਬਣਾਉਂਦੇ ਹਾਂ ਦੁੱਧ ਨੂੰ ਨਾ ਕਾੜਨ ਦੀ ਲੋੜ, ਨਾ ਜ਼ਿਆਦਾ ਟਾਈਮ ਚੁੱਲ੍ਹੇ 'ਤੇ ਬੈਠਣ ਦੀ ਜ਼ਰੂਰਤ, ਝਟਪਟ ਹੀ ਬਣ ਗਈ। ਜਿਹੜੀ ਆਪਾਂ ਚਾਸ਼ਨੀ ਨਹੀਂ ਬਣਾਉਣੀ, ਬਸ ਇਹਨੂੰ ਇੱਕ ਦੋ ਉਬਾਲ ਦਿਵਾਉਣੇ ਆ, ਹਲਕਾ ਜਿਹਾ ਗੜਾ ਕਰਨਾ ਪਾਣੀ ਨੂੰ। ਅਤੇ ਪਾਣੀ ਹੁਣ ਗਰਮ ਹੋ ਗਿਆ ਜੀ, ਗਰਮ ਪਾਣੀ ਦੇ ਵਿੱਚ ਜਿਹੜੀਆਂ ਟੌਫੀਆਂ ਆਪਾਂ ਕਰੱਸ਼ ਕਰਕੇ ਰੱਖੀਆਂ ਸੀ ਨਾ, ਇਸ ਤਰੀਕੇ ਨਾਲ ਪਾਊਡਰ ਬਣਾ ਲਿਆ ਸੀ, ਉਹਨਾਂ ਨੂੰ ਸਾਰੀਆਂ ਨੂੰ ਪਾ ਦਿਆਂਗੇ। ਸਾਰੀਆਂ ਟੌਫੀਆਂ ਜੀ ਚੰਗੇ ਤਰੀਕੇ ਨਾਲ ਮਿਕਸ ਹੋ ਗਈਆਂ, ਵਿੱਚ ਮੈਲਟ ਹੋ ਗਈਆਂ, ਬਸ ਹਲਕਾ ਜਿਹਾ ਆਪਾਂ ਇਹਨੂੰ ਗਾੜਾ ਕਰ ਲਿਆ, ਦੇਖੋ ਇਸ ਤਰੀਕੇ ਦਾ ਹੋਣਾ ਚਾਹੀਦਾ। ਅਤੇ ਇਹਦੇ ਵਿੱਚ ਜੇ ਤੁਸੀਂ ਜ਼ਿਆਦਾ ਹੋਰ ਫਲੇਵਰ ਪਾਉਣਾ ਨਾ, ਵੀ ਸਟਰੋਂਗ ਰੱਖਣਾ ਫਲੇਵਰ ਨੂੰ, ਜਾਂ ਤੁਸੀਂ ਜ਼ਿਆਦਾ ਕੁਲਫੀਆਂ ਬਣਾਉਣੀਆਂ ਪਾਣੀ ਜ਼ਿਆਦਾ ਪਾਇਆ, ਤਾਂ ਤੁਸੀਂ ਇਹਦੇ ਵਿੱਚ ਟੌਫੀਆਂ ਜਿਹੜੀਆਂ ਉਹਨਾਂ ਦੀ ਮਾਤਰਾ ਵਧਾ ਸਕਦੇ ਹੋ। ਇਸ ਤਰੀਕੇ ਨਾਲ ਜਿਹੜਾ ਖੰਡ ਵੀ ਤੁਸੀਂ ਇਸ ਸਟੇਜ 'ਤੇ ਹੁਣ ਚੈੱਕ ਕਰ ਸਕਦੇ ਹੋ, ਮਿੱਠਾ ਜੇ ਤੁਹਾਨੂੰ ਥੋੜ੍ਹਾ ਜਿਹਾ ਘੱਟ ਲੱਗੇ ਤਾਂ ਤੁਸੀਂ ਹੋਰ ਐਡ ਕਰ ਲਿਓ। ਅਤੇ ਹੁਣ ਜਿਹੜਾ ਆਪਾਂ ਇਹਨੂੰ ਥੱਲੇ ਉਤਾਰ ਕੇ ਨਾ ਠੰਡਾ ਕਰਾਂਗੇ, ਜ਼ਿਆਦਾ ਠੰਡਾ ਨਹੀਂ ਕਰਨਾ, ਬਸ ਰੂਮ ਟੈਂਪਰੇਚਰ 'ਤੇ ਦਵਾ ਗਿਆ ਨਾ ਅਤੇ ਉਨਾ ਠੰਡਾ ਕਰਨਾ। ਅਤੇ ਇਹਨੂੰ ਆਪਾਂ ਉਤਾਰ ਲੈਂਦੇ ਜੀ ਕੜਾਹੀ ਨੂੰ ਥੱਲੇ ਚੁੱਲ੍ਹੇ ਤੋਂ। ਹਾਂਜੀ ਆਪਾਂ ਇਹਨੂੰ ਠੰਡਾ ਕਰ ਲਿਆ, ਦੇਖੋ ਮਿਕਸਚਰ ਜਿਹੜਾ ਆਪਾਂ ਬਣਾਇਆ ਇਹ ਕੁਲਫੀਆਂ ਵਾਸਤੇ ਪਾਣੀ ਤਿਆਰ ਕੀਤਾ, ਅਤੇ ਚਾਹੇ ਤੁਸੀਂ ਇਹਨੂੰ ਐਵੇਂ ਵੀ ਠੰਡੇ ਨੂੰ ਸਰਵ ਕਰੋਗੇ ਨਾ, ਜੂਸ ਬਹੁਤ ਟੇਸਟੀ ਬਣ ਕੇ ਤਿਆਰ ਹੋਊਗਾ। ਪਰ ਆਪਾਂ ਇੱਥੇ ਕੁਲਫੀਆਂ ਜਮਾਉਣੀਆਂ ਨੇ, ਬੱਚਿਆਂ ਨੂੰ ਸਪੈਸ਼ਲੀ ਰੈਸਪੀ ਬਹੁਤ ਪਸੰਦ ਆਊਗੀ। ਇੱਕ ਅਲੱਗ ਬਰਤਨ ਦੇ ਵਿੱਚ ਨਾ ਮੈਂ ਕੱਢ ਲੂੰਗੀ, ਐਵੇਂ ਐਡਜਸਟ ਨਹੀਂ ਹੋਣੀ, ਅਸੀਂ ਗਲਾਸ ਭਰ ਲੂੰਗੀ ਪਹਿਲਾਂ ਇਹਦਾ। ਅਤੇ ਦੇਖੋ ਜੀ ਇਹ ਡੱਬਾ ਮੇਰੇ ਕੋਲ ਉਸ ਦੇ ਨਾਲ ਹੀ, ਉਸ ਦਿਨ ਆਪਾਂ ਕੁਲਫੀਆਂ ਜਮਾਈਆਂ ਸੀ, ਅਤੇ ਜਿਹੜੀਆਂ ਕੋਨਾਂ ਆਪਣੀਆਂ ਆਸਾਨੀ ਨਾਲ ਐਡਜਸਟ ਹੋ ਜਾਣਗੀਆਂ। ਤੁਸੀਂ ਨਾ ਐਵੇਂ ਜੇ ਤੁਹਾਡੇ ਕੋਲ ਡੱਬਾ ਨਾ ਹੋਇਆ ਤਾਂ ਕੋਈ ਗਲਾਸ ਲੈ ਲਿਓ, ਅਤੇ ਗਲਾਸ ਦੇ ਵਿੱਚ ਵੀ ਐਵੇਂ ਕੋਨ ਪਾ ਕੇ ਸੈੱਟ ਹੋ ਜੂਗੀ, ਅਤੇ ਜਾਂ ਗਲਾਸ ਦੇ ਵਿੱਚ ਵੀ ਕੁਲਫੀਆਂ ਛੋਟੀਆਂ ਬੱਚਿਆਂ ਦੀਆਂ ਕੱਪੀਆਂ ਹੁੰਦੀਆਂ, ਜਾਂ ਕੌਫੀ ਵਾਲੇ ਕੱਪ ਨਹੀਂ ਹੁੰਦੇ ਡਿਸਪੋਜ਼ਲ, ਉਹਨਾਂ 'ਚ ਵੀ ਤੁਸੀਂ ਕੁਲਫੀਆਂ ਜਿਹੜੀਆਂ ਜਮਾ ਕੇ ਰੱਖ ਸਕਦੇ ਹੋ। ਹੁਣ ਆਪਾਂ ਕੋਨ ਨੂੰ ਜਿਹੜਾ ਇੱਕ ਇੱਕ ਨੂੰ ਭਰ ਦਿਆਂਗੇ ਇਸ ਤਰੀਕੇ ਨਾਲ। ਅਤੇ ਸਾਰੇ ਢੱਕਣ ਆਪਾਂ ਲਗਾ ਦਿੱਤੇ ਜੀ, ਇਸ ਤਰੀਕੇ ਨਾਲ ਨਾ ਹੋਲ ਕਰ ਲਈ ਸੀ ਮੈਂ ਢੱਕਣਾਂ ਦੇ ਵਿੱਚ ਵੀ, ਜਿਹੜੀ ਸਟਿੱਕ ਹੈ ਨਾ ਆਈਸਕ੍ਰੀਮ ਉਹ ਆਪਾਂ ਨੂੰ ਸੈੱਟ ਕਰਨੀ ਆਸਾਨੀ ਹੋ ਜੇ। ਹੁਣ ਇਹਨਾਂ ਨੂੰ ਨਾ ਆਪਾਂ ਫਰਿੱਜ ਦੇ ਵਿੱਚ ਰੱਖ ਦਿਆਂਗੇ ਜੀ, 5-6 ਘੰਟਿਆਂ ਦੇ ਵਿੱਚ ਜਿਹੜੀਆਂ ਇਹ ਜੰਮ ਕੇ ਤਿਆਰ ਹੋ ਜਾਣਗੀਆਂ। ਅਤੇ ਸਾਰੀਆਂ ਕੁਲਫੀਆਂ ਬਣ ਕੇ ਹੋ ਗਈਆਂ ਜੀ ਤਿਆਰ, ਅਤੇ ਹੁਣ ਆਪਾਂ ਇਹਨਾਂ ਨੂੰ ਹਲਕਾ ਜਿਹਾ ਇਸ ਤਰੀਕੇ ਨਾਲ ਹੱਥਾਂ ਨਾਲ ਘੁਮਾ ਲਾਂਗੇ। ਵੈਸੇ ਤਾਂ ਬਹੁਤ ਆਸਾਨੀ ਨਾਲ ਨਿਕਲ ਜਾਣਗੀਆਂ, ਕਿਉਂਕਿ ਜਿਸ ਤਰੀਕੇ ਨਾਲ ਆਪਾਂ ਬਣਾਈਆਂ ਨੇ ਨਾ, ਦੇਖੋ ਸਾਰੀਆਂ ਇਸ ਤਰੀਕੇ ਨਾਲ ਬਣ ਕੇ ਤਿਆਰ ਹੋ ਗਈਆਂ। ਟੇਸਟ ਇੰਨਾ ਜ਼ਿਆਦਾ ਵਧੀਆ ਆਉਂਦਾ ਨਾ, ਬੱਚਿਆਂ ਦਾ ਬਹੁਤ ਪਸੰਦ ਆਊਗਾ। ਅਤੇ ਦੇਖੋ ਜੀ ਕੁਲਫੀਆਂ ਕਿੰਨੀਆਂ ਨਰਮ ਬਣ ਕੇ ਤਿਆਰ ਹੋਈਆਂ, ਮੈਂ ਤੁਹਾਨੂੰ ਤੋੜ ਕੇ ਦਿਖਾਉਂਦੀ ਹਾਂ। ਦੇਖੋ ਜਿਵੇਂ ਆਪਾਂ ਬਾਜ਼ਾਰ 'ਚੋਂ ਲੈ ਕੇ ਨਾ, ਬਿਲਕੁਲ ਉਸ ਤਰੀਕੇ ਨਾਲ ਬਣੀਆਂ, ਆਏ ਨਹੀਂ ਵੀ ਬਰਫ਼ ਦੀ ਤਰ੍ਹਾਂ ਬਾਹਲੀਆਂ ਹਾਰਡ ਬਣ ਗਈਆਂ, ਬਿਲਕੁਲ ਵੀ ਨਹੀਂ। ਸਾਰੀਆਂ ਬਣ ਕੇ ਤਿਆਰ ਹੋ ਗਈਆਂ ਜੀ।
ਤੇ ਆਏ ਨੇ ਵੀ ਬਰਫ਼ ਦੀ ਤਰ੍ਹਾਂ ਬਾਹਲੀਆਂ ਹਾਰਡ ਜੰਮੀਆਂ ਨੇ ਜਿਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਬਣਾਇਆ ਨਾ ਤੇ ਬਹੁਤ ਨਰਮ ਬਣ ਕੇ ਤਿਆਰ ਹੋਈਆਂ ਕਿਵੇਂ ਟੇਸਟ ਹੈ ਹਰ ਪਰ ਪੂਰੀ ਟੇਸਟੀ ਫਿਰ ਰੋਜ਼ ਇਹੀ ਖਾਣੀ ਹੈ चलो जी आप नैक्सट वीडियो ना मिलेंगे तुम बच्चों ने जरूर इस रैसपी घर ट्राई करो बना के जाते हैं चैनल में जरूर सबसक्राइब कर लो जेकर वीडियो वधिया लगी तो वीडियो लाइक करो तो वो शेयर करो जी तद तक लिए सारे सत श्री अकाल जी।